ਹਾਂਜੀ ਸਵਾਗਤ ਹੈ ਜੀ ਆਪ ਸਭ ਦਾ ਪੰਜਾਬੀ ਅਮੀਸ਼ੀ ਚੈਨਲ ਦੇ ਉੱਤੇ ਲੈ ਕੇ حاضر ਹੈ ਆਪ ਸਭ ਦੇ ਵਾਸਤੇ ਅੱਜ ਦੀਆਂ ਨਵੀਆਂ ਤਾਜ਼ੀਆਂ ਖਬਰਾਂ ਤੇ ਸਾਡੇ ਵੱਲੋਂ ਸਭ ਵੀਰਾਂ ਭੈਣਾਂ ਨੂੰ ਬਿਜੁਰਗਾਂ ਨੂੰ ਵੈਲਕਮ ਹਾਂ ਚੱਲਦੇ ਹਾਂ ਜੀ 16 ਤਰੀਕ ਦੀਆਂ ਕੁਝ ਖਾਸ ਖਬਰਾਂ ਦੇ ਵੱਲ ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਹੜੇ ਆਪਣੀ ਵੀ ਰਿਕਮੈਂਟ ਕਰਦੇ ਹੁੰਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਛੋਟੀ ਜਿਹੀ ਰਿਕਵੈਸਟ ਇਹ ਹੈ ਜੇ ਵੀ ਤੁਸੀਂ ਜੇਕਰ ਵੀਡੀਓ ਦੇਖਦੇ ਹੋ ਤੁਹਾਨੂੰ ਵੀਡੀਓ ਪਸੰਦ ਆਉਂਦੀ ਤੁਸੀਂ ਲਾਈਕ ਕਰਦੇ ਆ ਤੇ ਅੱਜ ਵਾਲੀ ਵੀਡੀਓ ਥੱਲੇ ਕੋਸ਼ਿਸ਼ ਕਰਿਓ ਕਮੈਂਟ ਕਰਨ ਦੀ ਜਿੰਨੇ ਸੁੰਦੇ ਆ ਜਿਹੜੀ ਲਾਈਕ ਕਰਦੇ ਆ ਅਸਲ ਦੇ ਵਿੱਚ ਜਿਹੜੀ YouTube ਪਿੱਛੇ ਹੋ ਐ ਜੀ ਉਹ ਚੈੱਕ ਕਰ ਰਹੀ ਹੈ ਚੈਨਲਸ ਨੂੰ ਤੇ ਸਾਰੇ ਚੈਨਲ ਜਿਹੜੇ ਆ ਚੈੱਕ ਕਰ ਰਹੀ ਆ ਖਾਸ ਕਰ ਜਿਹੜੇ ਖਬਰਾਂ ਵਾਲੇ ਐ ਤੇ ਬੰਦ ਕਰ ਰਹੀ ਆ ਉਹ ਸੋ ਇਸ ਕਰਕੇ ਸੀ ਤੁਮ ਕਹ ਰਹੇ ਆ ਵੀ ਕਮੈਂਟ ਸ਼ੁਰੂ ਕਰਿਓ ਤਾਂ ਕਿ ਜੇਕਰ ਉਹ ਚੈਕਿੰਗ ਕਰਦੇ ਐ ਤੇ ਉਹਨਾਂ ਨੂੰ ਪਤਾ ਲੱਗੇ ਵੀ ਲੋਕੀ ਵੀਡੀਓ ਦੇਖਦੇ ਐ ਤੇ ਇਹ ਜਿਹੜੇ ਕਮੈਂਟ ਹੁੰਦੇ ਅਸਲੀ ਲੋਕਾਂ ਦੇ ਹੁੰਦੇ ਆ ਇਹ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦੇਈ ਦੀ ਐ ਇਹ ਯੂਸਫੁਲ ਇਨਫੋਰਮੇਸ਼ਨ ਹੁੰਦੀ ਆ ਸੋ ਜਿਆਦਾ ਨਹੀਂ ਤੇ ਜੇ ਹੋ ਸਕੇ ਤਾਂ 30 40 ਕਮੈਂਟ ਤੁਸੀਂ ਕਰ ਸਕਦੇ ਆ ਟੂਟਲ ਤੇ ਬਹੁਤ ਧੰਨਵਾਦ ਸਾਬ ਦਾ ਕੀ ਸ਼ੁਰੂ ਕਰਦੇ ਆਂ ਅੱਜ ਦੀਆਂ ਖਬਰਾਂ ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਜੀ 파ਰਮਾ ਇਲਾਕੇ ਤੋਂ 파ਰਮਾ ਇਲਾਕੇ ਦੇ ਵਿੱਚ ਛੋਟੇ ਬੱਚੇ ਜਿਹੜੀ ਨੇ ਉਹ ਨਾਤੀ ਹੁੰਦੀ ਆ ਤੇ ਇੱਕ ਛੋਟਾ ਜਿਹੜਾ ਬੱਚਾ ਸੀਗਾ ਜਿਹੜਾ ਕਿ ਹੁਣੇ ਹੀ ਪੈਦਾ ਹੋਇਆ ਕੁਝ ਸਮੇਂ ਪਹਿਲਾਂ ਤੇ ਉਹਦੀ ਜਿਹੜੀ ਹੈ ਜਾਨ ਚਲੀ ਗਈ ਆ ਤੇ ਜਾਨ ਇਸ ਕਰਕੇ ਗਈ ਹੈ ਜੀ ਵੀ ਇਹ ਜਿਹੜੀ ਲੜਕੀ ਸੀਗੀ ਜਿਹਦੀ ਉਮਰ ਤਕਰੀਬਨ ਸਿਰਫ 22 ਸਾਲ ਦੱਸੀ ਜਾ ਰਹੀ ਆ ਤੇ ਇਹਦੇ ਇਹਦਾ ਹੀ ਜਿਹੜਾ ਬੱਚਾ ਸੀਗਾ ਜੀ ਇਹ ਵਾਲਾ ਤੇ ਇਸ ਨੇ ਉਸ ਨੂੰ ਆਪ ਹੀ ਜਨਮ ਦੇ ਦਿੱਤਾ ਬਿਨਾਂ ਕਿਸੇ ਨੂੰ ਦੱਸੇ ਤੇ ਉਹ ਜਿਹੜਾ ਬੱਚਾ ਸੀਗਾ ਜੀ ਤੇ ਉਸ ਨੂੰ ਇਹਨੇ ਇੱਕ ਗਾਰਡਨ ਦੇ ਵਿੱਚ ਸਿੱਟ ਦਿੱਤਾ ਚੱਕ ਕੇ ਤੇ ਉਸ ਤੋਂ ਬਾਅਦ ਉਹ ਜਿਹੜਾ ਛੋਟਾ ਬੱਚਾ ਸੀਗਾ ਜਿਹੜਾ ਹੁਣੇ ਪੈਦਾ ਹੋਇਆ ਉਹਦੀ ਜਿਹੜੀ ਹੈ ਮੌਤ ਹੋ ਗਈ ਤੇ ਹੁਣ ਇਸ ਦਾ ਜਿਹੜਾ ਖੁਲਾਸਾ ਹੋਇਆ ਹੈ ਤੇ ਹੁਣ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦੀ ਫੈਮਿਲੀ ਨੂੰ ਵੀ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਜਿਹੜਾ ਇਹਦਾ ਬॉयਫਰੈਂਡ ਸੀਗਾ ਉਹਨੂੰ ਵੀ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਜੇ ਤੁਹਾਨੂੰ ਦੱਸ ਦਈਏ ਜੀ ਇੱਕ ਇਸ ਤੋਂ ਪਹਿਲਾਂ ਵੀ ਘਟਨਾ ਵਾਪਰੀ ਹੈ 9 ਅਗਸਤ ਨੂੰ ਜਿਹਦੇ ਵਿੱਚ ਇਦਾਂ ਇੱਕ ਛੋਟਾ ਬੱਚਾ ਮਿਲਿਆ ਸੀਗਾ ਦੇ ਦੱਸਿਆ ਜਾ ਰਿਹਾ ਹੁਣ ਪੁਲਿਸ ਨੂੰ ਸ਼ੱਕ ਪੈ ਰਹੀ ਹੈ ਕਿਉਂਕਿ ਉਹ ਵੀ ਇਹਨਾਂ ਦੇ ਘਰਾਂ ਦੇ ਕੋਲ ਹੀ ਸੀਗਾ ਬੱਚਾ ਜਿਹੜੀ ਬੋਡੀ ਮਿਲੀ ਸੀ ਤੇ ਹੁਣ ਕੋਈ ਇਹ ਜਿਹੜੀ ਪੁਲਿਸ ਇਹ ਚੈੱਕ ਕਰ ਰਹੀ ਹੈ ਵੀ ਉਹ ਵੀ ਜਿਹੜਾ ਆ ਏਸੀ ਲੜਕੀ ਦੱਸੇਗਾ ਬੱਚਾ ਹੁਣ ਇਹਦੇ ਉੱਤੇ ਜਿਹੜੀ ਆ ਪੁਲਿਸ ਪੁੱਛਗਿੱਛ ਕਰ ਰਹੀ ਹੈ ਤੇ ਪੂਰੀ ਜਿਹੜੀ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜੇਕਰ ਇਹ ਕੰਮ ਸਹੀ ਹੈ ਤੇ ਫਿਰ ਇਹਦੇ ਉੱਤੇ ਕੇਸ ਬਣੇਗਾ ਮਰਨ ਦਾ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਨਾਪोली ਇਲਾਕੇ ਤੋਂ ਨਾਪोली ਇਲਾਕੇ ਦੇ ਵਿੱਚ ਇੱਕ ਟੂਰਿਸਟ ਜਾ ਰਿਹਾ ਸੀਗਾ ਗਲੀਆਂ ਜਿਹੜੀਆਂ ਨਾਪोली ਦੀਆਂ ਤੇ ਉੱਤੇ ਬਾਲਕਨੀ ਜਿਹੜੀਆਂ ਬਣੀਆਂ ਹੁੰਦੀਆਂ ਲੋਕਾਂ ਦੇ ਘਰਾਂ ਦੇ ਵਿੱਚ ਗਮਲੇ ਵਗੈਰਾ ਟਿਕਾਏ ਹੁੰਦੇ ਆ ਤੇ ਇਦਾਂ ਹੀ ਇਹ ਕਿਹੜਾ ਗਮਲਾ ਸੀਗਾ ਜੀ ਟਿਕਾਇਆ ਹੋਇਆ ਉੱਤੇ ਬਾਜ਼ੋ ਤੇ ਉਹ ਇਸ ਟੂਰਿਸਟ ਦੇ ਸਿਰ ਤੇ ਆ ਕੇ ਲੱਗਾ ਤੇ ਇਹਦੇ ਵਿੱਚ ਹਲੇ ਇਹ ਨਹੀਂ ਪਤਾ ਲੱਗ ਰਿਹਾ ਵੀ ਜਿਹੜੇ ਇਹ ਗਮਲਾ ਸੀਗਾ ਇਹ ਕਿਹੜੀ ਬਾਲਕਨੀ ਤੋਂ ਆ ਕੇ ਡਿੱਗਿਆ ਥੱਲੇ ਕਿਉਂਕਿ ਇਹ ਕੋਈ ਵੀ ਦੱਸ ਨਹੀਂ ਰਿਹਾ ਵੀ ਬਾਲਕਨੀ ਕਿਹੜੀ ਸੀ ਜਿੱਥੋਂ ਇਹ ਗਮਲਾ ਡਿੱਗਿਆ ਜਿੱਦੇ ਚੋਂ ਡਿੱਗਿਆ ਵੀ ਹੋਵੇ ਉਹ ਵੀ ਨਹੀਂ ਦੱਸਣਾ ਨਹੀਂ ਉਸਨੇ ਉਸ ਬੰਦੇ ਦੇ ਸਿਰ ਤੇ ਆ ਕੇ ਲੱਗਾ ਕਾਫੀ ਉਹਦੇ ਜਿਹੜੀ ਹੈ ਸੱਟ ਲੱਗੀ ਆ ਇਸ ਵਕਤ ਹਾਲਾਤ ਉਸ ਦੇ ਕਾਫੀ ਖਰਾਬ ਹੈ ਕਿਉਂਕਿ ਸਿਰ ਤੇ ਜਿਹੜੀ ਸੱਟ ਲੱਗੀ ਗਮਲਾ ਡਿੱਗਿਆ ਆ ਕੇ ਕਾਫੀ ਉਚਾਈ ਤੋਂ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਆਲੂ ਵੀਓ ਨੇ ਆਲੂ ਵੀਓ ਮਤਲਬ ਕਿ ਹੜ ਪਲੋਨੀਆ ਦੇ ਵਿੱਚ ਜਿਹੜਾ ਇਸ ਵਕਤ ਨੁਕਸਾਨ ਹੋ ਰਿਹਾ ਆ ਜਿਹੜਾ ਇਹ ਤੂਫਾਨ ਆਇਆ ਬੋਰਿਸ ਇਸ ਤੂਫਾਨ ਨੇ ਪਲੋਨੀਆ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਕੀਤੇ ਹੋਏ ਆ ਆਸਟਰੀਆ ਦੇ ਵਿੱਚ ਬਹੁਤ ਹਾਲਾਤ ਖਰਾਬ ਕੀਤੇ ਹੋਏ ਆ ਇਸ ਤੋਂ ਇਲਾਵਾ ਰੋਮਾਨੀਆ ਵਿੱਚ ਵੀ ਹੜ ਆਏ ਹੋਏ ਆ ਆਸਟਰੀਆ ਦੀ ਵੇਰ ਨਾਲ ਜਿਹੜਾ ਆ ਪਾਣੀ ਨਾਲ ਭਰ ਚੁੱਕਾ ਆ ਇਸ ਤੋਂ ਇਲਾਵਾ ਪਲੋਨੀਆ ਦੇ ਵਿੱਚ ਜਿਹੜਾ ਇੱਕ ਡੈਮ ਬਣਾਇਆ ਹੋਇਆ ਸੀ ਉਹਨਾਂ ਨੇ ਉਹ ਡੈਮ ਟੁੱਟ ਗਿਆ ਤੇ ਡੈਮ ਟੁੱਟਣ ਦੇ ਚੱਲਦੇ ਆ ਉੱਥੋਂ ਜਿਹੜਾ ਲੱਖਾਂ ਲੀਟਰ ਪਾਣੀ ਸੀਗਾ ਉਹ ਹੁਣ ਪਲੋਨੀਆ ਸ਼ਹਿਰਾਂ ਦੇ ਵਿੱਚ ਆ ਗਿਆ ਤੇ ਜਿਸ ਤੋਂ ਬਾਅਦ ਫਿਰ ਚਾਰ ਲੋਕਾਂ ਦੀ ਜਿਹੜੀ ਮੌਤ ਵੀ ਹੋ ਗਈ ਇਹਨਾਂ ਪਾਣੀ ਆਉਂਦੇ ਚੱਲਦੇ ਆ ਤੇ ਜੋ-ਜੋ ਅੱਗੇ ਆਈ ਜਾ ਰਹੀ ਹੈ ਉਹ ਰੁੜੀ ਜਾ ਰਿਹਾ ਪਾਣੀ ਦੇ ਨਾਲ ਤੇ ਕਾਫੀ ਜ਼ਿਆਦਾ ਹਾਲਾਤ ਜਿਹੜਾ ਵੈਸਟ ਯੂਰੋਪੀਅਨ ਵੈਸਟਰਨ ਯੂਰੋਪ ਦੀਆਂ ਕੰਟਰੀ ਸੌਰੀ ਈਸਟ ਯੂਰੋਪ ਜਿਹੜਾ ਰូមਾਨੀਆਂ ਹੋ ਗਿਆ ਪੋਲੋਨੀਆਂ ਇਹਨਾਂ ਕੰਟਰੀਆਂ ਦੇ ਵਿੱਚ ਹਾਲਾਤ ਕਾਫੀ ਖਰਾਬ ਚੱਲਦੇ ਪਏ ਆ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਯੂ ਐਸ ਏ ਦੇ ਵਿੱਚ ਜਿਹੜੇ ਟਰੰਪ ਹੈ ਉਹਨਾਂ ਦੇ ਉੱਤੇ ਫਿਰ ਤੋਂ ਹਮਲਾ ਹੋ ਗਿਆ ਅੱਜ ਉਸ ਤੋਂ ਪਹਿਲਾਂ ਇੱਕ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਉਦੋਂ ਉਹਨਾਂ ਦਾ ਬਚਾਅ ਹੋ ਗਿਆ ਕੰਨ ਤੇ ਗੋਲੀ ਲੱਗੀ ਅੱਜ ਇੱਕ ਉਹਨਾਂ ਦੇ ਉੱਤੇ ਫਿਰ ਹਮਲਾ ਹੋਇਆ 골ਫ ਕਲੱਬ ਜਿਹੜਾ ਸੀਗਾ ਜਿੱਥੇ 골ਫ ਕਲੱਬ ਦੇ ਵਿੱਚ ਸੀਗੇ ਉਹ ਤੇ ਉੱਥੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਕਿਸੇ ਨੇ ਤੇ ਫਿਰ ਜਾਨੂ ਮਾਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਆ ਪਰ ਉਹਨਾਂ ਦਾ ਬਚਾਅ ਹੋ ਗਿਆ ਤੇ ਇਹ ਜਿਹੜਾ ਕੰਮ ਕੀਤਾ ਗਿਆ ਜੀ ਰિયાન rauth ਵੱਲੋਂ ਕੀਤਾ ਗਿਆ ਜਿਹੜੇ 58 ਸਾਲ ਦੀ ਉਮਰ ਹੈ ਇਸ ਬੰਦੇ ਦੀ ਤੇ ਇਸ ਨੂੰ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ। ਇਸ ਦੇ ਕੋਲੋਂ ਦੱਸਿਆ ਜਾ ਰਿਹਾ ਜੀ ਵੀ ਬੀ ਹਥਿਆਰ ਵੀ ਮਿਲੇ ਆ ਕਾਫੀ ਇਹਨੇ AK-47 ਵੀ ਕਰਦੇ ਵਿੱਚ ਲੁਕੋਈ ਹੋਈ ਸੀਗੀ ਤੇ ਹੋਰ ਵੀ ਕੋਈ ਛੋਟੀ ਛੋਟੀ ਹਥਿਆਰ ਦੇ ਕੋਲ ਪਾਏ ਗਏ ਆ ਤੇ ਤੁਹਾਨੂੰ ਦੱਸ ਦਈਏ ਜੀ ਵੀ 2016 ਦੇ ਵਿੱਚ ਜਦੋਂ ਵੋਟ ਹੋਈ ਸੀਗੀ ਉੱਥੇ ਤੇ ਉਸ ਟਾਈਮ ਇਸ ਬੰਦੇ ਨੇ 트럼ਪ ਨੂੰ ਹੀ ਵੋਟ ਪਾਈ ਸੀ ਤੇ ਹੁਣ ਉਹਨਾਂ ਦੇ ਹੀ ਖਿਲਾਫ ਉਹਨਾਂ ਦੇ ਉੱਤੇ ਗੋਲੀਬਾਰੀ ਕਰ ਦਿੱਤਾ ਹਮਲਾ ਕਰ ਦਿੱਤਾ। ਦੋਇ ਦੂਜਾ ਜਿਹੜਾ ਹਮਲਾ ਹੋਇਆ ਆ 트ੰਪ ਦੇ ਉੱਤੇ ਇਹ ਲੱਗ ਰਿਹਾ ਵੀ ਜਿਹੜੇ ਇਲੈਕਸ਼ਨ ਆਉਣ ਵਾਲੇ ਆ ਉਹਨਾਂ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਐਸੇ ਹਮਲੇ ਜਿਹੜੇ ਆ ਲਗਾਤਾਰ ਹੋ ਰਹੇ ਆ ਤਾਂ ਕਿ ਇਲੈਕਸ਼ਨ ਤੱਕ ਇਹ ਨਾ ਪਹੁੰਚਣ ਯਾਨੀ ਕਿ ਇਹਨਾਂ ਨੂੰ ਜਿੱਤਣ ਤੋਂ ਰੋਕਿਆ ਜਾ ਰਿਹਾ ਇਹਨਾਂ ਉੱਤੇ ਹਮਲੇ ਹੋ ਰਹੇ ਆ ਇਸ ਤੋਂ ਅੱਗੇ ਅਗਲੀ ਅਪਡੇਟ ਹੈਗੀ ਹੈ ਜੀ ਜਿਹੜੇ ਇਟਲੀ ਦੇ ਮਿਨਿਸਟਰ ਹੈਗੇ ਆ ਸਲਵਿਨੀ ਸੋ ਇਹਨਾਂ ਦਾ ਜਿਹੜਾ ਕੇਸ ਚੱਲਦਾ ਪਿਆ ਤੇ ਇਹਨਾਂ ਨੂੰ 6 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਕੋਰਟ ਦੇ ਵੱਲੋਂ ਅੱਜ ਇਹ ਕਿਹਨੇ ਐਮਰਜੈਂਸੀ ਮੀਟਿੰਗ ਕੀਤੀ ਹੈ ਆਪਣੀ ਜਿਹੜੀ ਲੇਗ ਹੈਨ ਦੀ ਪਾਰਟੀ ਹੈਗੀ ਆ ਇਹਨਾਂ ਨੇ ਕਿਹਾ ਵੀ ਮੈਂ ਹਾਰਨ ਵਾਲਾ ਨਹੀਂਗਾ ਮੈਂ ਜਿਹੜਾ ਪੂਰਾ ਕੇਸ ਲੜੂਗਾ ਤੇ ਜੇਕਰ ਜੋ ਵੀ ਉਹਦਾ ਅੰਜਾਮ ਹੋਵੇਗਾ ਉਹ ਆਪਾਂ ਇਕੱਠੇ ਮਿਲ ਕੇ ਉਸ ਨੂੰ ਦੇਖਾਂਗੇ ਤੇ ਇਹਨਾਂ ਨੇ ਜਿਹੜੀ ਅੱਜ ਆਪਣੇ ਵਿੱਚ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਡੈਮੋਕਰੇਸੀ ਨੂੰ ਖਤਰਾ ਆ ਇਟਲੀ ਦੇ ਤੇ ਇਸ ਕਰਕੇ ਇਹ ਜਿਹੜੀ ਅਸੀਂ ਐਮਰਜੈਂਸੀ ਮੀਟਿੰਗ ਕੀਤੀ ਹੈ ਤੇ ਜਿਹੜੇ ਲੈਫਟ ਪਾਰਟੀਆਂ ਜਿੰਨੀਆਂ ਵੀ ਆ ਇਹ ਸਾਰੀਆਂ ਸਾਡੇ ਖਿਲਾਫ ਸਾਨੂੰ ਪਸਾਉਣ ਦੀਆਂ ਕੋਸ਼ਿਸ਼ ਕਰ ਰਹੀਆਂ ਜਿਹਦੇ ਨਾਲ ਇਟਲੀ ਦੀ ਜਿਹੜੀ ਡੈਮੋਕ੍ਰੇਸੀ ਉਸ ਨੂੰ ਖਤਰਾ ਆ ਜੇਕਰ ਕੋਈ ਮਿਨਿਸਟਰ ਆਪਣੇ ਕੰਟਰੀ ਦੀ ਹੈਲਪ ਕਰਨਾ ਚਾਹੁੰਦਾ ਕੋਈ ਮਿਨਿਸਟਰ ਆਪਣੇ ਕਿਸੇ ਵੀ ਆਪਣੀ ਜਿਹੜੀ ਟੈਰਿਟਰੀ ਹੈ ਉਸ ਨੂੰ ਸੇਵ ਕਰਨਾ ਚਾਵੇ ਤੇ ਉਹਨੂੰ ਜੇਕਰ ਜੇਲ੍ਹ ਹੋ ਜਵੇ ਤੇ ਇਹ ਇੱਕ ਡੈਮੋਕ੍ਰੇਸੀ ਨੂੰ ਖਤਰਾ ਆ ਇਸ ਤੋਂ ਅੱਗੇ ਅਗਲੀ ਅਪਡੇਟ ਹੈਗੀ ਹੈ ਜੀ ਇਟਲੀ ਵਿੱਚ 20 ਸਤੰਬਰ ਨੂੰ ਸ਼ੌਪਰੋ ਕੀਤੀ ਜਾਣੀ ਹੈ ਪਬਲਿਕ ਟਰਾਂਸਪੋਰਟ ਦੀ ਜਿਹਦੇ ਵਿੱਚ ਬੱਸ ਮੈਟਰੋ ਡਰਾਮ ਦੁਆਰਾ ਫਿਰ ਤੋਂ ਰੋਕੀਆਂ ਜਾਣਗੀਆਂ ਤੇ ਇਹ ਜਿਹੜੀ ਸ਼ੌਪਰੋ ਦੱਸਿਆ ਜਾ ਰਿਹਾ ਹੈ 24 ਘੰਟਿਆਂ ਦੀ ਸ਼ੌਪਰੋ ਕਹਿ ਰਹੇ ਆ ਦੇ ਜਿਹਦੇ ਵਿੱਚ ਬੱਸ ਮੈਟਰੋ ਟਰામ ਹੋਗੀ ਇਹ ਸਾਰਾ ਕੁਝ ਜਿਹੜਾ ਆ ਰੋਕ ਦਿੱਤਾ ਜਾਣਾ ਮਿਲਾਨੋ ਨਾਪੋਲੀ ਰੋਮਾ ਵੱਡੇ ਜਿਹੜੇ ਸ਼ਹਿਰ ਆ ਇਹਨਾਂ ਵਿੱਚ ਤਾਂ ਕੀਤੀ ਜਾਣੀ ਆ ਬਾਕੀ ਜਿਹੜੇ ਇਸ ਤੋਂ ਛੋਟੇ ਸ਼ਹਿਰ ਆ ਉਹਨਾਂ ਵਿੱਚ ਵੀ ਇਹ ਕੀਤੀ ਜਾਣੀ ਆ ਡੇਢ ਦੱਸੀ ਜਾ ਰਹੀ ਹੈ 20 ਸਤੰਬਰ ਯਾਨਕਿ ਇਸੇ ਹਫਤੇ ਕੀਤੀ ਜਾਣੀ ਆ ਤੇ ਮਿਲਾਨ ਦੇ ਵਿੱਚ ਜਿਹੜੀ ਹੈ ਸ਼ੋਪਰੋ ਹੈਗੀ ਹੈ ਜੀ ਇਹ ਤਕਰੀਬਨ 8:45 ਤੋਂ ਸ਼ੁਰੂ ਹੋਣੀ ਹੈ ਤੇ ਦੁਪਹਿਰ ਦੇ 3 ਵਜੇ ਤੱਕ ਚੱਲਣੀ ਆ ਉਸ ਤੋਂ ਬਾਅਦ ਫਿਰ 3 ਤੋਂ ਲੈ ਕੇ 6 ਵਜੇ ਤੱਕ ਬਸਾਂ ਦੁਆਰਾ ਚੱਲਣਗੀਆਂ ਤੇ 8 ਰਾਤ ਦੇ 6 ਵਜੇ ਤੋਂ ਬਾਅਦ ਸ਼ਾਮ ਦੇ ਰਾਤ ਦੇ 12 ਵਜੇ ਤੱਕ ਬੰਦ ਰਹੇਗਾ ਸਾਰਾ ਟ੍ਰਾਂਸਪੋਰਟ ਤੇ ਰੋਮਲ ਦੇ ਵਿੱਚ ਵੀ ਸਵੇਰ ਨੂੰ 8:30 ਤੋਂ ਲੈ ਕੇ سوری ਸਵੇਰ ਤੋਂ ਲੈ ਕੇ 8:30 ਵਜੇ ਤੱਕ ਟ੍ਰੇਨਾਂ ਮੈਟਰੋ ਟਰામ ਤੇ ਬੱਸ ਚੱਲੇਗੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਸਾਰੇ ਕੁਝ ਬੰਦ ਹੈ ਬਾਕੀ ਇਸ ਤੋਂ ਇਲਾਵਾ ਨਾਪੋਲੀ ਦੇ ਵਿੱਚ ਜਿਹੜੀ ਪ੍ਰੋਬਲਮ ਜ਼ਿਆਦਾ ਪੈਣੀ ਹੈ ਕਿਉਂਕਿ ਨਾਪੋਲੀ ਦੇ ਵਿੱਚ ਇੱਕ ਤਾਂ ਵੈਸੇ ਸ਼ਾਪਰ ਉਹ 24 ਘੰਟਿਆਂ ਦੀ ਹੈ ਉਸ ਤੋਂ ਇਲਾਵਾ ਜਿਹੜੀ ਉਹ ਜਿਹੜੀ ਇਹਵਾ ਉੱਥੇ ਦੀ ਏਜੰਸੀ ਹੈ EAV ਜਿੱਦਾਂ ਕਿ ਮਿਲਾਨ ਦੇ ਵਿੱਚ ATM ਹੈ ਜਿਹੜੇ ਕਿ ਬੱਸਾਂ ਚਲਾਉਂਦੀ ਆ ਇਦਾਂ ਹੀ ਨਾਪੋਲੀ ਵਿੱਚ EAV ਹੈ ਇਹ ਕੰਪਨੀ ਵੱਲੋਂ ਆਪਣੀ ਵੀ ਇੱਕ ਸ਼ਾਪ ਰੱਖੀਤੀ ਜਾਣੀ ਹੈ ਕੰਪਨੀ ਦੇ ਅੰਦਰ ਇਸ ਕਰਕੇ ਨਾਪੋਲੀ ਵਿੱਚ ਕੋਈ ਹੋਰ ਆਰਿਓ ਨਹੀਂ ਦਿੱਤਾ ਉਹਨਾਂ ਨੇ ਪੂਰਾ ਦਿਨ ਬੱਸ ਮੈਟਰੋ ਟਰਾਂਮ ਬੰਦ ਰਹਿ ਸਕਦੀ ਆ ਸੁਇਸ ਦੀ ਇਸ ਕਰਕੇ ਧਿਆਨ ਰੱਖਣ ਜਿਹੜੇ ਨਾਪोली ਵਿੱਚ 20 ਤਰੀਕ ਨੂੰ ਯਾਨੀ ਕਿ ਸ਼ੁੱਕਰਵਾਰ ਇਸ ਤੋਂ ਬਾਅਦ ਅਗਲੀ ਖਬਰ ਹੈ ਕਿ ਇਹ ਘਟਨਾ ਵਾਪਰੀ ਇਟਲੀ ਦੇ ਵਿੱਚ ਇਹਦੇ ਵਿੱਚ ਇੱਕ ਪੂਰਾ ਗਰੁੱਪ ਹੁੰਦਾ ਦੋਸਤਾਂ ਦਾ ਤੇ ਇੱਕ 24 ਸਾਲ ਦਾ ਲੜਕਾ ਤੇ ਉਹ ਆਪਣੇ ਦੋਸਤਾਂ ਦੇ ਨਾਲ ਇੱਕ ਰੈਸਟੋਰੈਂਟ ਵਿੱਚ ਜਾਂਦੇ ਆ ਤੇ ਜਿਸ ਰੈਸਟੋਰੈਂਟ ਵਿੱਚ ਜਾਂਦੇ ਉੱਥੇ ਜਾ ਕੇ ਉਹ ਆਪਣਾ ਖਾਣ ਪੀਣ ਖਾਂਦੇ ਆ ਉਸ ਤੋਂ ਬਾਅਦ ਉਹ ਬਾਥਰੂਮ ਵਿੱਚ ਜਿਸ ਵਕਤ ਜਾਂਦੇ ਆ ਤੇ ਕਾਫੀ ਸਮੇਂ ਤੱਕ ਬਾਹਰ ਨਹੀਂ ਆਉਂਦਾ ਤੇ ਜਦੋਂ ਨਾਲ ਦੇ ਦੋਸਤ ਦੇਖਦੇ ਆ ਵੀ ਸਾਡੇ ਜਿਹੜਾ ਦੋਸਤ ਹੈਗਾ ਬਾਹਰ ਨਹੀਂ ਆਇਆ ਇਹਨਾਂ ਚਿਰ ਤੋਂ ਤੇ ਦਰਵਾਜਾ ਖੜਕਾਉਂਦੇ ਆ ਜਾ ਕੇ ਤੇ ਦਰਵਾਜਾ ਨਹੀਂ ਖੁੱਲਦਾ ਤੇ ਦਰਵਾਜਾ ਤੋੜਿਆ ਜਾਂਦਾ ਤੇ ਅੰਦਰੋਂ ਜਿਹੜੇ ਆ ਉਹ ਥਲੇ ਡਿੱਗਿਆ ਹੁੰਦਾ ਮੁੰਡਾ ਤੇ ਜਦੋਂ ਚੈੱਕਅਪ ਕੀਤਾ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਸੀ ਹੁਣ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਵੀ ਇਹ ਕੀ ਘਟਨਾ ਵਾਪਰੀ ਆ ਕਿਸ ਤਰੀਕੇ ਦੇ ਨਾਲ ਇਹ ਕੰਮ ਹੋ ਗਿਆ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਇਟਲੀ ਦੇ ਵਿੱਚ ਇੱਕ ਨਵੀਂ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਵੀ ਕਿਹੜੇ ਕਿਹੜੇ ਇਟਲੀ ਦੇ ਸ਼ਹਿਰ ਜਨਾਂ ਵਿੱਚ ਕ੍ਰਾਈਮ ਜ਼ਿਆਦਾ ਵਾਧਾ ਪਿਆ ਹੈ ਪਿਛਲੇ 2013 ਤੋਂ ਇਹ ਕੰਮ ਸ਼ੁਰੂ ਹੋਇਆ ਹੈ 2013 ਤੋਂ ਦੁਬਾਰਾ ਇਟਲੀ ਵਿੱਚ ਕ੍ਰਾਈਮ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਜਦੋਂ ਕੋਵਿਡ ਚੱਲਿਆ ਉਦੋਂ ਕ੍ਰਾਈਮ ਘਟ ਗਿਆ ਸੀਗਾ ਇੱਕ ਸਾਲ ਦੇ ਵਾਸਤੇ ਕਿਉਂਕਿ ਕੋਵਿਡ ਕਰਕੇ ਲੋਕਡਾਊਨ ਲੱਗਾ ਸੀਗਾ ਤੇ ਲੋਕ ਆਪਣੇ ਘਰਾਂ ਦੇ ਵਿੱਚ ਸੀ ਬੰਦ ਹੁਣ ਤੁਹਾਨੂੰ ਦੱਸਦੇ ਆਂ ਜਿਹੜੇ ਇਟਲੀ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਕ੍ਰਾਈਮ ਹੈਗਾ ਹੈ ਸਭ ਤੋਂ ਜ਼ਿਆਦਾ ਜਿਹੜੇ ਸ਼ਹਿਰ ਹੈ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੈ ਤੇ ਸਭ ਤੋਂ ਜ਼ਿਆਦਾ ਕ੍ਰਿਮੀਨਲ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਸਭ ਤੋਂ ਵੱਧ ਇਟਲੀ ਵਿੱਚ ਜਿਹੜੀ ਪਹਿਲੇ ਨੰਬਰ ਦੀ ਸਟੇਟ ਹੈਗੀ ਹੈ ਉਹ ਹੈਗੀ ਹੈ ਲੁੰਬਾਰਦੀਆ ਮਿਲਾਨੋ ਜਿੱਥੇ ਹਰ 1 ਲੱਖ ਬੰਦੇ ਦੇ ਪਿੱਛੇ ਤਕਰੀਬਨ 7000 ਤੋਂ ਵੱਧ ਦਿਨੂंचे ਕੀਤੇ ਜਾਂਦੇ ਆ ਦੂਜੇ ਨੰਬਰ ਤੇ ਆਉਂਦਾ ਹੈਗਾ ਰੋਮਾ 6000 ਦਿਨੂंचे ਕੀਤੇ ਜਾਂਦੇ ਆ ਤੀਜੇ ਨੰਬਰ ਤੇ ਫਿਰ ਟਸਕਾਨਾ ਆਉਂਦਾ ਫਿਰ ਚੌਥੇ ਤੇ ਆਉਂਦਾ ਹੈਗਾ ਰਿਮੀਨੀ ਉਸ ਤੋਂ ਬਾਅਦ ਫਿਰ ਤੁਰੀਨੋ ਤੇ ਫਿਰ ਬਲੋਨੀਆ ਬਾਕੀ ਇਸ ਤੋਂ ਇਲਾਵਾ ਪਰਾਟੋ ਇੰਪੇਰੀਆ ਵੈਨੇਟਸਿਆ ਲਿਵੋਰਨੋ ਇਹਨਾਂ ਤੋਂ ਥੱਲੇ ਆਉਂਦੇ ਆ ਨਾਪੂਲੀ ਜਿਹੜਾ ਹੈ ਜਿਹਨਾਂ ਕਿ ਲੋਕੀ ਸੋਚਦੇ ਆ ਨਾਪੂਲੀ ਵਿੱਚ ਕ੍ਰਾਈਮ ਬਹੁਤ ਆ ਨਾਪੂਲੀ 12ਵੇਂ ਨੰਬਰ ਤੇ ਆਉਂਦਾ ਟਾਪ 10 ਜਿਹੜੇ ਇਟਲੀ ਦੇ ਸ਼ਹਿਰ ਆ ਜਿਹਨਾਂ ਵਿੱਚ ਸਭ ਤੋਂ ਵੱਧ ਕ੍ਰਾਈਮ ਆ ਉਹਨਾਂ ਵਿੱਚ ਨਾਪੂਲੀ ਨਹੀਂ ਆਉਂਦਾ ਪਹਿਲੇ ਨੰਬਰ ਤੇ ਮਿਲਾਨ ਆਉਂਦਾ ਦੂਜੇ ਤੇ ਰੋਮਾ ਉਸ ਤੋਂ ਬਾਅਦ ਫਿਰ ਬਾਕੀ ਇਦਾਂ ਵਾਰੀ-ਵਾਰੀ ਜਿਹੜੇ ਆ ਘਟਦੇ ਜਾਂਦੇ ਆ ਸਭ ਤੋਂ ਵੱਧ ਚੋਰੀਆਂ ਸਭ ਤੋਂ ਵੱਧ ਜਿਹੜੇ ਵਾਇਲੈਂਸ ਕੀਤੀ ਜਾਂਦੀ ਹੈ ਲੋਕਾਂ ਦੇ ਨਾਲ ਚੋਰੀਆਂ ਕੀਤੀ ਜਾਂਦੀਆਂ ਤੋੜਪੰਨ ਕੀਤੀ ਜਾਂਦੀ ਹੈ ਸਭ ਤੋਂ ਵੱਧ ਇਸ ਵਕਤ ਮਿਲਾਨ ਦੇ ਵਿੱਚ ਹੋ ਰਿਹਾ ਹੈ ਤੇ ਇਹ ਟਾਪ ਇੱਕ ਨੰਬਰ ਤੇ ਆ ਰਿਹਾ ਇਟਲੀ ਦੇ ਵਿੱਚ ਸਭ ਤੋਂ ਜਿਹੜੀ ਅਨ ਸੇਫ ਜਗਾ ਆ ਇਸ ਤੋਂ ਬਾਅਦ ਅਗਲੀ ਇੱਕ ਖਬਰ ਹੈਗੀ ਆ ਜੀ ਇੱਕ ਡਾਕਟਰ ਸੀਗੀ 30 ਸਾਲ ਦੀ ਫੈਦਰੀਕਾ ਤਨੋਲੀ ਨਾਮ ਦੀ ਤੇ ਇਹ ਇੱਕ ਪਹਾੜ ਤੇ ਗਏ ਆ ਜਿਹਦਾ ਨਾਮ ਸੀਗਾ ਜੀ ਮੋਂਟੇ ਫੋਰਨੋ ਤੇ ਇਹ ਪਹਾੜ ਤੋਂ ਜਿਹੜੇ ਆ ਥਲੇ ਡੇਗੂ पे ਸਲਿੱਪ ਹੋ ਗਈ ਉਹ ਤੋਂ 3000 ਮੀਟਰ ਦੀ ਹਾਈਟ ਸੀਗੀ ਜਿੱਥੋਂ ਉਹ ਡੇਗੇ ਆ ਤੇ ਡੇਗਦੇ ਡੇਗਦੇ ਤਕਰੀਬਨ 200 ਮੀਟਰ ਥੱਲੇ ਆ ਕੇ ਡੇਗੇ ਆ ਜਿਹੜੀ ਕਿ ਬਹੁਤ ਹਾਈਟ ਹੁੰਦੀ ਆ ਤੇ ਇਹਨਾਂ ਦੀ ਜਾਨ ਚਲੀ ਗਈ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਸਕੂਲਾਂ ਦੇ ਵਿੱਚ ਇਸ ਵਕਤ ਟੀਚਰਾਂ ਦੀ ਕਾਫੀ ਆਦੇ ਕਮੀ ਹੈ ਤੇ ਇਹਨਾਂ ਦੇ ਵਿੱਚ ਜਿਹੜੇ ਚਲਾਕ ਲੋਕ ਆ ਜਾਂ ਜਿਹੜੇ ਸਕੀਮਾਂ ਲਾਉਂਦੇ ਆ ਉਹ ਵੀ ਜਿਹੜੇ ਪਿੱਛੇ ਨਹੀਂ ਰਹਿੰਦੇ ਅੱਜ 9 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਕੀ ਕਰ ਰਹੇ ਸੀਗੇ ਜੀ ਇਹ ਨਕਲੀ ਟਾਈਟਲ ਜਿਹੜੇ ਸੀਗੇ ਉਹ ਵੇਚਦੇ ਸੀਗੇ 8000 ਯੂਰੋ ਦੇ ਵਿੱਚ ਯਾਨੀ ਕਿ ਨਕਲੀ ਜਿਹੜੇ ਡਿਪਲੋਮੇ ਨਕਲੀ ਡਿਗਰੀਆਂ ਬਣਾ ਕੇ ਵੇਚ ਰਹੇ ਸੀਗੇ ਤਾਂ ਕਿ ਟੀਚਰ ਜਿਹੜੇ ਹੈ ਜਿਨ੍ਹਾਂ ਦੇ ਕੋਲ ਕੋਈ ਹੈ ਨਹੀਂਗੀ ਨੌਲੇਜ ਇਹਨਾਂ ਨੇ ਕੋਈ ਯੂਨੀਵਰਸਿਟੀ ਨਹੀਂ ਕੀਤੀ ਉਹ ਆ ਕੇ ਖਰੀਦ ਸਕਣੇ ਇਸ ਨੂੰ ਤੇ ਸਾਨੂੰ ਪੈਸਾ ਪੇ ਕਰਨ ਤੇ ਆਪਣੇ ਸਕੂਲ ਦੇ ਵਿੱਚ ਨਰਮਿਸ਼ਨ ਲੈ ਸਕਣ ਨੋ ਬੰਦੇ ਆ ਜਿਸ ਚੱਕਰ ਦੇ ਵਿੱਚ ਉਹਨਾਂ ਨੇ ਅਰੈਸਟ ਕੀਤੇ ਆ ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਪੋਸਟ ਪੇ ਜਿਹੜਾ ਕਾਰਤਾ ਹੈ ਪੋਸਟ ਪੇ ਦਾ ਇਸ ਤੋਂ ਇਹਦੇ ਉੱਤੇ ਤੁਹਾਨੂੰ ਇੱਕ ਮੇਲ ਆ ਸਕਦੀ ਹੈ ਤੁਹਾਨੂੰ ਕੋਈ ਕੋਡ ਆਉਂਦਾ ਜਾਂ ਤੁਹਾਨੂੰ ਕੋਈ ਵੀ ਡਾਟਾ ਤੁਹਾਨੂੰ ਆਉਂਦਾ ਹੈ ਤੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਤਰੂਫਾ ਹੋ ਰਿਹਾ ਫਰੌਡ ਹੋ ਰਿਹਾ ਤੇ ਲੋਕਾਂ ਦੇ ਅਕਾਊਂਟ ਖਾਲੀ ਹੋ ਰਹੇ ਆ ਸੋ ਤੁਹਾਨੂੰ ਕੋਈ ਮੇਲ ਆਉਂਦੀ ਹੈ ਤਾਨੂੰ ਕੋਈ ਕੋਡ ਭੇਜਦੇ ਆ ਉਹਨੂੰ ਕਲਿੱਕ ਨਹੀਂ ਕਰਨਾ ਅਸੀਂ ਇਹ ਬਾਰ ਬਾਰ ਕਹੀਦਾ ਹੁੰਦਾ ਤਾਂ ਕਿ ਕਿਸੇ ਦਾ ਅਕਾਊਂਟ ਖਾਲੀ ਨਾ ਹੋਵੇ ਕਿਉਂਕਿ ਕਈਆਂ ਬੰਦਿਆਂ ਨੂੰ ਐਸੇ ਜਿਹੜੇ ਭੁਲੇਖੇ ਲੱਗ ਜਾਂਦੇ ਆ ਤੇ ਉਹਨਾਂ ਦੀ ਪੂਰੀ ਮਿਹਨਤ ਜਿਹੜੀ ਕੀਤੀ ਹੁੰਦੀ ਆ ਉਹ ਖਰਾਬ ਹੋ ਜਾਂਦੀ ਆ ਬਾਕੀ ਇਹ ਹੈਗੇ ਜੀ ਆਪਣੀਆਂ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟ ਮਿਲਦੇ ਆ ਤੁਹਾਨੂੰ ਹੁਣ ਕੱਲ੍ਹ ਦੀਆਂ ਖਬਰਾਂ ਨਾਲ ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ ਤੇ ਤੁਸੀਂ ਆਪਣੇ ਕੀਮਤੀ ਸਮਾਂ ਕੱਢਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ